ਬ੍ਰਿਟਿਸ਼ ਕੋਲੰਬੀਆ ਦੇ ਵਿੱਚ 크리스마스 ਮੌਕੇ ਲਗਾਤਾਰ ਬਰਫਬਾਰੀ ਹੁੰਦੀ ਰਹੀ ਕੱਲ ਰਾਤ ਤੋਂ ਹੀ ਕਈ ਥਾਵਾਂ ਦੇ ਉੱਤੇ ਕਾਫੀ ਬਰਫਬਾਰੀ ਹੋ ਰਹੀ ਹੈ ਕਈ ਥਾਵਾਂ ਦੇ ਉੱਤੇ ਬਰਫੀਲਾ ਤੂਫਾਨ ਵੀ ਆਇਆ ਹੋਇਆ ਹੈ ਇੱਥੋਂ ਤੱਕ ਕਿ ਹਾਈਵੇ 3 ਦੇ ਕੁਝ ਹਿੱਸਿਆਂ ਦੇ ਉੱਤੇ 40 ਤੋਂ ਲੈ ਕੇ 70 ਸੈਂਟੀਮੀਟਰ ਤੱਕ ਬਰਫ ਪੈਣ ਦੇ ਬਾਰੇ ਵਾਤਾਵਰਣ ਵਿਭਾਗ ਨੇ ਜਾਣਕਾਰੀ ਵੀ ਦਿੱਤੀ ਤੇ ਇਸ ਦੇ ਬਾਰੇ ਕਿਹਾ ਗਿਆ ਕਿ ਆਉਂਦੇ ਕੁਝ ਦਿਨ ਦੇ ਦੌਰਾਨ ਠੰਡ ਕੁਝ ਇਸੇ ਤਰ੍ਹਾਂ ਪਵੇਗੀ ਮੰਨਫੀ 10 ਡਿਗਰੀ ਤੱਕ ਲੋਰ ਮੇਨਲੈਂਡ ਦੇ ਵਿੱਚ ਤਾਪਮਾਨ ਦਰਜ ਕੀਤਾ ਗਿਆ ਸ਼ਨੀਵਾਰ ਦੀ ਰਾਤ ਨੂੰ 8:30 ਵਜੇ ਦੇ ਨੇੜੇ ਤੱਕ ਤੇ ਇਸ ਦੇ ਨਾਲ ਹੀ ਕੜਾਕੇ ਦੀ ਠੰਡ ਪੈਣ ਦੇ ਬਾਰੇ ਪਹਿਲਾਂ ਹੀ ਵਾਤਾਵਰਣ ਵਿਭਾਗ ਦੇ ਵੱਲੋਂ ਦੱਸ ਦਿੱਤਾ ਗਿਆ ਸੀ ਇਸ ਮੌਕੇ ਤੁਹਾਨੂੰ ਹੁਣ ਤਸਵੀਰਾਂ ਦਿਖਾਵਾਂਗੇ ਇਹ ਹਾਈਵੇ 1 ਦੀਆਂ ਤਸਵੀਰਾਂ ਨੇ ਜੋ ਐਬਸਫਰਡ ਤੋਂ ਸਰੀ ਤੱਕ ਦੇ ਰਾਤ ਦੀਆਂ ਹਾਈਵੇ 1 ਦੀਆਂ ਕੁਝ ਤਸਵੀਰਾਂ ਨੇ